ਗੱਲ ਕਰਦੇ ਮੋੜਾ ਤੇ ਖੜਨਾ ਜਾਣਦੇ ਆ ਓ ਸਾਨੂੰ ਨਹੀਂ ਉਹ ਕਿਸੇ ਦੀ ਆਉਂਦੀ ਗੱਲ ਮੰਨਣੀ ਪੰਮਿਆ ਓ ਅਸੀਂ ਆਪਣੀ ਮਨੋਣੀ ਜਾਣਦੇ ਆ ਕੀ ਬਾਤ ਹੈ ਕੀ ਬਾਤ ਓ ਪੰਮਿਆ ਮੇਰਾ ਨਾਮ ਆ ਪਰਮਿੰਦਰ ਸਿੰਘ ਝੀਲ ਤੇ ਮੈਂ ਡੰਡੇ ਮਾਰ ਮਾਰ ਪਾ ਦਿੰਦਾ ਲੋਕਾਂ ਦੇ ਨੀਲ ਅੱਜ ਜਿਹੜਾ ਵੀ ਸਾਡੇ ਨਾਕੇ ਚੋਂ ਲੰਘਿਆ ਉਹਨੂੰ ਹੋਣਾ ਬੜਾ ਫੀਲ ਹਾਂ ਜਨਾਬ ਜਨਾਬ ਦੇ ਆ ਲੱਗ ਰਿਹਾ ਕੋਈ ਚੋਰ ਚੱਕੇ ਫੜੀਏ ਤੇ ਆਪਾਂ ਆਪਣੀਆਂ ਪ੍ਰਮੋਸ਼ਨਾਂ ਕਰਵਾਈਏ ਜਨਾਬ ਜੀ ਸਾਰੇ ਚੋਰ ਚੱਕੇ ਤੁਹਾਡੇ ਵਾਕਫ ਨੇ ਜਿਹਨੂੰ ਮਰਜ਼ੀ ਚੱਕ ਕੇ ਪੇਸ਼ ਕਰਾ ਦਿਓ ਉਹ ਪੇਸ਼ ਕਰਵਾ ਦਈਏ ਤੇ ਹਫਤਾ ਤੇਰਾ ਫੁੱਫੜ ਦਊਗਾ ਪੰਮਿਆ ਮੈਂ ਤੈਨੂੰ ਪਾ ਲੈਣਾ ਲੰਮਿਆ ਕੀ ਬਾਤ ਹੈ ਉਹ ਬਕਵਾਸ ਨਾ ਕਰ ਓਏ ਬਕਵਾਸ ਦੀ ਗੱਲ ਨਹੀਂ ਸਾਹਿਬ ਜੀ ਇਹ ਬੋਨਿੰਗ ਕਰਨ ਦਾ ਟਾਈਮ ਹੈ ਅੱਛਾ ਉਹ ਦੇਖੋ ਬਾਬਾ ਤੁਰਿਆ ਆਣ ਡਿਆ ਕਿੱਧਰ पूरी बोतल ते कम करी दा पूरा नाम है परमिंदर सिंह चील ते मैं डंडे मार मार तेरे पा दे रहे नील ਨਾਲੇ ਜਿੱਥੇ ਨੀਲ ਵੱਜੂਗਾ ਨਾ ਉੱਥੇ ਤੇਰੀ ਦਵਾਈ ਦਾ ਅਸਰ ਵੀ ਨਹੀਂ ਹੋਣਾ ਓ ਮੈਂ ਬਾਬਾ ਹੁੰਦੇ ਨਾਲ ਕਿਵੇਂ ਆ ਓ ਮੇਰੀ ਦਵਾਈ ਨਾਲ ਮਰਿਆ ਬੰਦਾ ਜਿੰਦਾ ਹੋ ਜਾਂਦਾ ਤੇਰੀ ਨੀਲ ਕੀ ਚੀਜ਼ ਆ ਓਏ ਤੇਰੀ ਦਵਾਈ ਦਾ ਜੇ ਜ਼ਿਆਦਾ ਹੀ ਅਸਰ ਹੈ ਨਾ ਪਲੋ ਆਪਣੀ ਬੂਥੀ ਸਵਾਰ ਕੇ ਆ ਬੂਥੀ ਤੇਰੇ ਤੇ ਤਾਂ ਕੋਈ ਲਾਤਾ ਵੀ ਨਾ ਪਾਵੇ ਕਿਉਂ ਜਨਾ ਤੇਰਾ ਤੇ ਪਹਿਲਾਂ ਹੀ ਉਹ ਸਕੂਲ ਹੈਗਾ ਵਾ ਨਾਲੇ ਮੇਰੀ ਗੱਲ ਸੁਣ ਲੈ ਚੱਲ ਇਹਨੂੰ ਮੁਰਗਾ ਬਣਾ ਓਏ ਚੱਲ ਮੁਰਗਾ ਬਣ ਚੰਗਾ ਨਹੀਂ ਕਰ ਰਹੇ ਤੁਸੀਂ ਮੁਰਗਾ ਬਣ उची जगह बहना पैना तेन पेट ते चढ़ा दी नहीं मैं एक्टिवा ते बह जा यार एक्टिवा ते बह जा चल गाना सुना चल गौर नाल सुनियो जी अच्छा सुनाओ जी तेरे करके साडा शिकार निकल गया ही पता छड्डो जनाब जी एक होर शिकार आन डिया मैडम जी तुम इधर आओ जनाब जी सानू की रोके तू अपनी भैन किधर घुमाई जाना जनाब मेरी भैन थोड़ी आ भैन नहीं वो तेरी भूआ लगती है एक तू 1000 लीटर की टैंकी पिछे बिठाई हुई है हैं उत्ते तू हेलमेट नहीं पाया जनाब मेनू कुछ बोलन तो दियो तुसी तेनू बोलन दियो मेरे साडी कौन सुनूगा ओए सर आ मेरे हस्बैंड ने ते मैं इना दी वोटी हैं आ तेरे हस्बैंड ते तू इना दी वोटी पर तू ते हैगी बड़ी मोटी जनाब इनियत तो भी बहुत खोटी आ की मेनू खोटी क्या नहीं मेनू खोटी क्या ਤੁਹਾਡੀ ਭੈਣ ਹੋਣੀ ਖੋਟੀ ਤੁਹਾਡੀ ਮਾਂ ਹੋਣੀ ਖੋਟੀ ਜਿਹੜੀ ਖਾਣ ਨੂੰ ਨਹੀਂ ਦਿੰਦੀ ਮੈਨੂੰ ਰੋਟੀ ਅੱਗੇ ਦੇਖੋ ਮੈਂ ਕਿੰਨੀ ਕਮਜ਼ੋਰ ਹੋ ਗਈ ਹਾਂ ਓ ਲੜਨਾ ਨਹੀਂ ਇੱਥੇ ਲੜਨਾ ਘਰ ਆ ਕੇ ਲੜਨਾ ਹੀ ਤੇਰੀ ਸੱਸ ਤੈਨੂੰ ਖਾਣ ਨਹੀਂ ਦਿੰਦੀ ਤੇਰੀ ਆ ਸੇਤ ਇੱਥੇ ਤੈਨੂੰ ਖਾਣ ਲਈ ਦਿੱਤਾ ਹੋਵੇ ਤੇ ਤੇਰਾ ਕੀ ਬਣੇ ਛੱਡੋ ਜਨਾਬ ਜੀ ਐਲਾ ਛੱਡਤੀ ਆ ਨਾਲੇ ਗੱਲ ਸੁਣੇ ਤੂੰ ਇਹਦੇ ਨਾਲ ਵਿਆਹ ਕਰਾਉਣ ਦੀ ਹਾਮੀ ਕਿੱਦਾਂ ਭਰੀ ਓਏ ਹੈ ਤੇਰੇ 'ਚ ਕੁਛ ਰੱਬ ਨੇ ਪਾਇਆ ਨਹੀਂ ਤੇ ਉਹਦੇ ਵਿੱਚ ਕੁਛ ਛੱਡਿਆ ਨਹੀਂ ਛੱਡੋ ਜਨਾਬ ਜੀ ਰੱਬ ਦੀ ਬਣਾਈ ਜੋੜੀ ਇੱਕ ਅੰਨਾ ਤੇ ਕੋੜੀ ਜਨਾਬ ਤੁਸੀਂ ਬੋਲ ਸਕਦੇ ਹੋ ਤੁਸੀਂ ਵੀ ਬੋਲ ਸਕਦੇ ਹੋ ਪਰ ਉਹਨਾਂ ਅੱਗੇ ਨਹੀਂ ਤੁਸੀਂ ਬੋਲ ਸਕਦੇ ਕਿਹਦਾ ਅੱਗੇ ਕਿਹਦਾ ਉਹ ਵੇਖੋ ਕਮਿਸ਼ਨਰ ਸਾਹਿਬ ਜੀ ਕਿੱਧਰ ਹੈ ਤੈਨੂੰ ਪਤਾ ਤੇਰੇ ਕਰਕੇ ਦੋ ਆਸ਼ਿਕ ਮਸ਼ੂਕ ਭੱਜ ਗਏ ਇੱਥੋਂ ਦੀ ਮੇਰਾ ਨਾਮ ਹੈ ਪਰਮਿੰਦਰ ਸਿੰਘ ਚੀਲ ਤੇ ਮੈਂ ਡੰਡੇ ਮਾਰ ਮਾਰ ਪਾ ਦੇਣੇ ਆ ਨੀਲ ਨਾਲੇ ਗੱਲ ਸੁਣ ਲਾ ਮੇਰੀ ਇੱਕ ਤੈਨੂੰ ਮੈਂ ਨਾ ਤੇਰੀ ਡਿਮੋਸ਼ਨ ਕਰਾਈ ਫੇਰ ਕਹੀ ਤੈਨੂੰ ਨਾ ਮੈਂ ਹਵਲਦਾਰ ਤੇ ਚਪੜਾਤੀ ਬਣਾਇਆ ਨਾ ਫੇਰ ਕਹੀ ਮੈਨੂੰ ਹੁਣ ਕੋਈ ਹੋਰ ਨਵਾਂ ਸ਼ਿਕਾਰ ਲੱਭ ਕੇ ਦੇ ਠੀਕ ਹੈ ਨਾ ਜਨਾਬ ਜੀ ਹੋਰ ਇੱਕ ਇੱਕ ਹੋਰ ਸ਼ਿਕਾਰੀ ਆਣ ਡਿਆ ਫੜ ਰੁਕ ਓਏ ਤੇਰੀ ਭੂਆ ਘਰ ਭੱਜ ਗਈ ਆ ਬੜਾ ਦੌੜ ਲਗਾਈ ਫਿਰਦਾ ਜਨਾਬ ਜੀ ਮੈਨੂੰ ਜਾਣ ਦਿਓ ਤੈਨੂੰ ਜਾਣਦੀ ਹੈ ਤੂੰ ਐਂਬੂਲੈਂਸ ਹੈ ਹੈ ਤੇਰਾ ਮੂੰਹ ਜਿਵੇਂ ਆ ਮੇਰੀ ਕਿੱਕ ਹੁੰਦੀ ਆ ਕਰਦਾ ਕੀ ਆ ਜਨਾਬ ਜੀ ਮੈਂ ਕਮੇਡੀਅਨ ਆ ਕਮੇਡੀਅਨ ਆ ਕਮੇਡੀਅਨ ਤੁਹਾਡੀ ਗਾ ਪਰ ਤੂੰ ਕਰਦਾ ਕੀ ਹੈ ਜਨਾਬ ਜੀ ਮੈਂ ਕਮੇਡੀ ਕਰਦਾ ਕਮੇਡੀ ਕਰਦਾ ਹੈ ਇਹ ਕਿਹੜੀ ਬਿਮਾਰੀ ਹੋਈ ਹੈ ਜਨਾਬ ਜੀ ਮੈਂ ਹਾਸੇ ਪਾਉਂਦਾ ਆ ਹਾਸੇ ਪਾਉਣਾ ਚੱਲ ਕੁਝ ਹਾਸਾ ਪਵਾ ਕੇ ਦਿਖਾ ਸਾਨੂੰ ਵੀ ਚੱਲ ਹਾਸਾ ਸਾਨੂੰ ਵੀ ਲੋ ਜੀ ਟੀਟੂ ਜਲੰਧਰ ਤੁਹਾਨੂੰ ਚੁਟਕਲਾ ਸੁਣਾ ਲਗਾ ਜੇ ਅੱਛਾ ਇੱਕ ਵਾਰੀ ਤਿੰਨ ਹਾਥੀ ਹੁੰਦੇ ਸੀ ਉਹਨਾਂ ਵਿੱਚੋਂ ਇੱਕ ਲੰਗੜਾ ਹੁੰਦਾ ਸੀ ਦੱਸੋ ਕਿਉਂ
ਲੰਗੜਾ ਕੇ ਤੁਰਦਾ ਸੀ ਲੰਗੜਾ ਨਾ ਤਈ ਉਹ ਲੰਗੜਾ ਕੇ ਤੁਰਦਾ ਸੀ ਉਹ ਨਹੀਂ ਜਨਾਬ ਜੀ ਉਹ ਇੱਕ ਐਕਟਿੰਗ ਕਰਦਾ ਸੀ ਸਰਕਸ ਸੀ ਉਹ ਤੂੰ ਸਾਡੇ ਨਾਲ ਮਜ਼ਾਕ ਕਰਦਾ ਮੇਰਾ ਨਾਮ ਹੈ ਪਰਮਿੰਦਰ ਸਿੰਘ ਝੀਲ ਤੇ ਮੈਂ ਮਾਰ ਮਾਰ ਡੰਡੇ ਲੋਕਾਂ ਦੇ ਪਾ ਦਿੰਦਾ ਨੀਲ ਓਏ ਜਨਾਬ ਜੀ ਕੋਰ ਸੁਣੇ ਕੋਰ ਸੁਣਾਉਂਦੇ ਕੋਰ ਸੁਣਾਉਂਦਾ ਉਹ ਹੁਣ ਨਾ ਸਹੀ ਨਿਕਲਿਆ ਮੈਂ ਤੇਰੇ ਜੁੱਤੀਆਂ ਮਾਰਨੀਆਂ ਵਾ ਜਨਾਬ ਜੀ ਕੋਈ ਫਿਰ ਤੇ ਨਾ ਹੱਥੀ ਹੁੰਦੇ ਨੇ ਅੱਛਾ ਤਿੰਨ ਹੱਥੀ ਫੇਰ ਹੁੰਦੇ ਆ ਨੀਲੋ ਲੰਗੜਾ ਕੀ ਤੁਰਦੇ ਸੀ ਦੱਸੋ ਕਿਉਂ ਤਿੰਨੋਂ ਲੰਗੜਾ ਆ ਗਏ ਹੁਣ ਉਹ ਤਿੰਨੋਂ ਹੀ ਸਰਕਸ ਵਿੱਚ ਕੰਮ ਕਰਦੇ ਹੋਣੇ ਜਨਾਬ ਜੀ ਤਿੰਨੋਂ ਹੀ ਲੰਗੜਾ ਸੀ ਉਹ ਮੈਨੂੰ ਪਾਗਲ ਬਣਾਉਂਦਾ ਮੈਂ ਕੁੱਟੂ ਘੱਟ ਘੜੀਸੂ ਜ਼ਿਆਦਾ ਓਏ ਮੇਰੀ ਗੱਲ ਸੁਣ ਲਾ ਓਏ ਅਨੂ ਨਾ ਹਾਥੀ ਬਣਾ ਮੁਰਗੇ ਦੀ ਜਗ੍ਹਾ ਚੱਲ ਜਨਾਬ ਜੀ ਉਹਦੀ ਸੁੰਡ ਤਾਂ ਹੈ ਨਹੀਂ ਉਹਨੂੰ ਹਾਥੀ ਕਿੱਦਾਂ ਬਣਾਵਾਂਗੇ ਬਗੈਰ ਸੁੰਡ ਤੋਂ ਹਾਥੀ ਬਣਾ ਚੱਲ ਚੱਲ ਓਏ ਜਨਾਬ ਜੀ ਬਣ ਹਾਥੀ ਬਣਾ ਹਾਥੀ ਬਣਾ ਪਿੱਛੋਂ ਜੋ ਹਾਥੀ ਬਣਾ ਲਗਾਈ ਨਾ ਪਿੱਛੋਂ ਜੋ ਆ ਵੇਖੋ 1 2 ਤੇ ਹਾਥੀ जनाब जी अपनी रात की बोतल का जुगाड़ हो गया वो की में वो देखो अमनी तुरिया अंडिया भंगड़े पाना है तू दारू पीती है कौन कहंदा मैं दारू पीती है तू बोल रही है मैं पी नहीं है तो मैंनु पिला ली गई है ए झूठ बोलिया ना तुझे मैंनु मारी क्यों जाने हो मैं भी थप्पड़ मारया नहीं मेरे को भी मरवाया गया है अच्छा अच्छा मारया नहीं मरवाया गया है ओके ਤੇਰਾ ਨਾਮ ਹੈ ਪਰਮਿੰਦਰ ਸਿੰਘ ਝੀਲ ਤੇ ਮੈਂ ਡੰਡੇ ਮਾਰ ਮਾਰ ਤੇਰੇ ਪਾ ਦੇਣੇ ਆ ਨੀਲ ਮੈਂ ਕੁੱਟੂ ਘੱਟ ਤੇ ਘੜੀਸੂ ਜ਼ਿਆਦਾ ਫਿਰ ਤੁਹਾਨੂੰ ਲੱਗਦਾ ਸਾਡਾ ਨਹੀਂ ਪਤਾ ਤੂੰ ਕੌਣ ਹੀ ਓਏ ਨਰਿੰਦਰ ਮੋਦੀ ਵਰਗੇ ਦਾ ਸਾਡੇ ਘਰ ਆਉਣਾ ਤੇ ਜਾਣਾ ਹੈ ਓਏ ਸਲੂਟ ਮਾਰ ਓਏ ਤੁਸੀਂ ਸਲੂਟ ਕਿਉਂ ਮਾਰੀ ਜਾਂਦੇ ਹੋ ਐਕਚੁਅਲੀ ਸਾਡੇ ਘਰੇ ਨਾ ਖਬਰਾਂ ਲੱਗੀ ਹੁੰਦੀ ਟੀਵੀ ਉੱਤੇ ਉਹਦੇ ਵਿੱਚ ਮੋਦੀ ਸਾਹਿਬ ਆਉਂਦੇ ਨੇ ਤੇ ਜਾਂਦੇ ਨੇ ਓ ਸਾਡੇ ਨਾਲ ਝੂਠ ਬੋਲਦਾ ਮੈਂ ਤੂੰ ਘੱਟ ਘੜੀਸੂ ਜ਼ਿਆਦਾ ਮੇਰਾ ਨਾਮ ਹੈ ਪਰਮਿੰਦਰ ਸਿੰਘ ਝੀਲ ਓਏ ਬਸ ਓ ਤੁਹਾਨੂੰ ਇਹਨਾਂ ਪਤਾ ਪੰਜਾਬ ਦੇ ਵਿੱਚ ਇਸ ਵਾਰੀ ਆਪਣਾ ਅੰਮੂ ਨੂੰ ਕਿਹਨੇ ਜਿਤਾਇਆ ਹੈ ਅੰਮੂ ਇਹ ਹੁਣ ਅੰਮੂ ਕਿਹੜਾ ਆ ਗਿਆ ਹਾਏ 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 ਉਹ ਤੁਹਾਨੂੰ ਅੰਮੂ ਦਾ ਹੀ ਨਹੀਂ ਪਤਾ ਨਹੀਂ ਲੱਖ ਦੀ ਲਾਂਤ ਅੰਮੂ ਆਪਣਾ ਕੈਪਟਨ ਅਮਰਿੰਦਰ ਗਿੱਲ ਓਹੋ ਕੈਪਟਨ ਅਮਰਿੰਦਰ ਗਿੱਲ ਨਹੀਂ ਕੈਪਟਨ ਅਮਰਿੰਦਰ ਸਿੰਘ ਹੁੰਦਾ ਹੀ ਨਾਲੇ ਗੱਲ ਸੁਣ ਲੈ ਅਮਰਿੰਦਰ ਗਿੱਲ ਤਾਂ ਪੰਜਾਬੀ ਸਿੰਗਰ ਹੈ ਸਿੰਗਰ ਉਹ ਮੈਂ ਕਿਹਾ ਹੈਗੇ ਤਾਂ ਦੋਨੋਂ ਪੰਜਾਬ ਦੇ ਪੁੱਤਰ ਹੀ ਨਾ ਇੱਕੋ ਗੱਲ ਹੈ ਜਨਾਬ ਜੀ ਇੱਕੋ ਬੋਤਲ ਜ਼ਰੂਰ ਹੋਈ ਆਪਣਾ ਜੁਗਾੜ ਤਾਂ ਲਾਓ ਉਹ ਬੋਤਲ ਕੱਢ ਬੋਤਲ ਚੱਲ ਸਭ ਉਹ ਤਾਂ ਮੈਂ ਪੀ ਗਿਆ ਸਾਰੀ ਉਹ ਤੂੰ ਬੋਤਲ ਪੀ ਗਿਆ ਤਾਂ ਸਾਨੂੰ ਕੌਣ ਪਲਾਊਗਾ ਓਏ ਇਹਦੀ ਚੈਕਿੰਗ ਕਰ ਤਲਾਸ਼ੀ ਲੈ ਚੱਲ ਇੰਨੀਆਂ ਨਿਕਰਾਂ ਹੈਂ ਉਹ ਪੰਮਿਆ ਤੂੰ ਸੱਚੀ ਕਾਲੀਆ ਲੰਮਿਆ ਐਕਸਕਿਊਜ਼ ਮੀ ਪਲੀਜ਼ ਇਹ ਨਿਕਰ ਮਾੜੀ ਜੀ ਉੱਤੇ ਕਰ ਦਿਓ ਪਲੀਜ਼